अस्सलाम वालेकुम जी। वालेकुम सलाम सर, की नाम है तुहाड़ा? कैसर अहमद। कैसर साहब, यह कड़ी जगह है? मलेचक पुराना। मलेचक पुराना। सर किन्नी देर तो तुसी जानवर रखे ने? सानू तकरीबन 22-23 साल हो गए। 22-23 साल हो गए ने, माशाल्लाह तुहानू जानवर रखदे आ। ते किन्ने बंदे हो यह जानवर नू संभालदे हो? तीन मुलाजम ते एक कापी। एक कापी हो, तीन मुलाजम ने। हाँ जी, ठीक हो गया। ते चार बंदे इन्हां सारे डंगरां नू संभालदे ने? हाँ जी। डंगरां दी तादाद दस सकदे हो किन्नी है सारे जानवर पा के? मुकम्मल जानवर मुकम्मल है 60। 60 जानवर तुहाडे कोल? 60 जानवर वास्ते चार बंदे तुसी इन्हां नू पट्ठे छट्टे पाउंदे हो हर चीज़ जी? अच्छा, यह दस्सिया जी कि इन्हां विच दुध देण वालियां मझां किन्नियां ने? मझां दुध देण वालियां ज़्यादातर 35 जिहड़ियां मियां देणा ना। ठीक है, 35 मझां वास्ते किन्ना चारा चाहिदा हुंदा है रोज़ाना दा? सब जिहड़ा सब्ज़ है ट्राली पट्ठियां नहीं लिआई दी रोज़ाना? ट्राली पूरी लिआई दी है। वो जी जगह चु लिया हो, तुहाडी जगह अपनी है या मुल दी है? नहीं, कोई मुल नहीं, कोई ठेके से। अच्छा, किन्ने मरले जगह तुसीं कट लैंदे हो? तकरीबन कोई 15 का जिहड़ा ना 15 मरले पैंदा, डेढ़ कनाल। कनाल तुसीं चारा लै आउंदे? ठीक है। ज़्यादा इन्हां नूं सबज़ चारा पाउंदे हो या चार दे हो? नहीं, बाहर भी चारी दे, सबज़ चारा घर ही अग पाईदा। मैं पुछना चाह रहा वा कि जदों तुसीं इन्हां नूं बाहर चारदे हो फिर सबज़ चारे की जरूरत रहिंदी है? हाँ जी, रहिंदी। फिर भी रहिंदी है? रहिंदी। रात कढ़नी हुंदी डंगर नूं? हाँ जी। किन्नी देर वास्ते चारदे हो तुसीं? ਇਹ ਸਵੇਰ 10 ਵਜੇ ਤੋਂ ਲੈ ਕੇ ਤੇ 3:30 ਵਜੇ ਤੱਕ। ਸਵੇਰ ਕਿੰਨੇ ਵੀ ਪੱਠੇ ਪਾਉਂਦੇ ਹੋ? ਸਵੇਰ ਹੀ 4 ਵੀ ਉੱਠਨੇ ਆ, ਭਾੜਾ ਕਰਕੇ ਮੀਆਂ ਚੋਣ ਲਾ ਪਈ ਨੇ। ਅੱਛਾ, ਉਹਦੇ ਨਾਲ ਪੱਠੇ ਪਾਈਦੇ ਆ। ਇਹ ਗੱਲ ਦੱਸਿਓ ਕਿ ਸ਼ਾਮ ਜਿਹੜੇ ਤੁਸੀਂ ਪੱਠੇ ਪਾਉਂਦੇ ਹੋ ਉਹਦੇ ਬਾਅਦ ਜ਼ਰੂਰਤ ਨਹੀਂ ਰਹਿੰਦੀ ਸਵੇਰ ਤੱਕ? ਨਹੀਂ, ਫੇਰ ਨਹੀਂ ਜ਼ਰੂਰਤ ਰਹਿੰਦੀ ਇਹਨਾਂ? ਯਾਨੀ ਖੁਰਲੀਆਂ ਭਰਚੀਆਂ ਹੁੰਦੀਆਂ? ਹਾਂ, ਖੁਰਲੀਆਂ ਭਰਚੀਆਂ। ਫਿਰ ਸਵੇਰ ਹੀ ਉੱਠ ਕੇ ਤੁਸੀਂ ਪਾਣਾ? ਹਾਂਜੀ। ਸਵੇਰ ਔਰ ਸ਼ਾਮ ਦੇ ਵਿੱਚ ਟੋਟਲ ਇੱਕ ਜਾਨਵਰ ਕਿੰਨੇ ਪੱਠੇ ਖਾ ਜਾਂਦਾ? ਜਾਂ ਕਿਹੜੀ ਮਿਹਨਤ ਹੋ ਕੇ ਪਾਲੇ ਹੁੰਦੇ ਨੇ, ਆਈ ਜੋੜੀ ਹੈਗੇ ਤੇ ਨਾਲ ਡੇਢ ਮਗਰੀ ਪੱਠੇ ਨਹੀਂ ਪਾਉਂਦੇ। ਅੰਦਾਜ਼ਾ ਨਹੀਂ ਤੁਸੀਂ ਜਿਹੜਾ ਨਾ ਕਰਦੇ ਹੋ? ਅੰਦਾਜ਼ਾ ਹਿਸਾਬ ਲਾ ਲਓ ਡੇਢ ਮਣ ਪੱਠੇ। ਅੱਛਾ, ਤੁਸੀਂ ਜ਼ਰਾ ਸਵਾਲ ਸੋਚ ਕੇ ਜਵਾਬ ਦੇਣਾ ਕਿਉਂਕਿ ਡੰਗਰ ਤੁਹਾਡੇ ਮਾਸ਼ਾਲਾ ਜ਼ਿਆਦਾ ਨੇ। ਤੁਸੀਂ ਇਹ ਦੱਸਣਾ ਹੈ ਕਿ ਜਿਹੜੇ ਖਰਚਾ ਵੇ ਫੀ ਡੰਗਰ ਜਿਹੜਾ ਫੀ ਮੱਝ ਜਾਂ ਗਾਈ ਜਿਹੜੀ ਹੈ ਉਹ ਤੁਹਾਨੂੰ ਕਿੰਨਾ ਆਈ ਜਾਂਦਾ ਹੈ ਚਾਰਾ ਸਮੇਤ, ਔਰ ਦੂਸਰੇ ਜਿਹੜੇ ਤੂੜੀ ਛੂੜੀ ਪਾਣੀ ਹੁੰਦੀ ਹੈ, ਖਲ ਚੋਖਰ ਵੰਡਾ ਪਾਉਣਾ, ਕਿੰਨਾ ਕੁ ਅੰਦਾਜ਼ਨ ਤੁਹਾਨੂੰ ਖਰਚ ਪੈ ਜਾਂਦਾ ਇੱਕ ਜਾਨਵਰ 'ਤੇ? ਵੰਡਾ ਜਾਂਦਾ ਪਾ ਕੇ ਸਾਰਾ ਕੁਛ ਪਾ ਕੇ 350-400 ਰੁਪਏ ਬਣ ਜਾਂਦਾ ਇੱਕ ਜਾਨਵਰ ਦੇ? 350-400 ਰੁਪਇਆ ਤੁਹਾਨੂੰ ਖਰਚ ਆਈ ਜਾਂਦਾ? ਹਾਂਜੀ। ਠੀਕ ਹੈ, ਹੁਣ ਇਹ ਦੱਸਿਓ ਕਿ ਜਿਹੜੇ ਤੁਹਾਡੇ ਕੋਲ ਦੁੱਧ ਦੇਣ ਵਾਲੀਆਂ ਮੱਝਾਂ ਨੇ ਉਹ ਜ਼ਿਆਦਾ ਤੋਂ ਜ਼ਿਆਦਾ ਕਿੰਨਾ ਦੁੱਧ ਦੇ ਦਿੰਦੀਆਂ ਨੇ? ਜ਼ਿਆਦਾ ਤੋਂ ਜ਼ਿਆਦਾ ਕੋਈ 18 ਕਿਲੋ, ਕੋਈ 12 ਕਿਲੋ, ਕੋਈ 14 ਕਿਲੋ, ਇਸ ਹਿਸਾਬ ਨਾਲ। ਅੱਛਾ, ਜਿਹੜੀਆਂ 18 ਕਿਲੋ ਦਿੰਦੀਆਂ ਨੇ ਜਾਂ 12-14 ਕਿਲੋ ਦਿੰਦੀਆਂ ਨੇ ਉਹ ਫਰਕ ਕਿਉਂ ਹੈ? ਫਰਕ ਇਹ ਮੀਆਂ ਮੀਆਂ ਦਾ ਹਿਸਾਬ ਹੁੰਦਾ, ਨਸਲਾਂ ਚੰਗੀਆਂ ਹੁੰਦੀਆਂ। ਤੁਹਾਡੇ ਕੋਲ ਕਿਹੜੀ ਕਿਹੜੀ ਨਸਲ ਦੀਆਂ ਮੱਝਾਂ ਨੇ? ਸਾਡੇ ਕੋਲ ਇੱਧਰ ਦੀਆਂ ਗੋਰੇ ਦੀਆਂ, ਇੱਧਰ ਦੀਆਂ ਮਾਇਆ ਵੀਆਂ, ਸਾਹੀਵਾਲ ਨਸਲ ਦੀਆਂ, ਉੱਧਰ ਹੀ ਲਿਆਈ ਦੀਆਂ ਜ਼ਿਆਦਾਤਰ ਕਾੜੇ ਵਾਲੀਆਂ। ਕਿੱਥੋਂ? ਉੱਥੋਂ ਜਾ ਕੇ ਲਿਆਉਂਦੇ ਜੇ ਕਿ ਇੱਥੋਂ ਅੱਡਿਆਂ 'ਚੋਂ ਲੈਂਦੇ ਹੋ ਕਿ ਮੰਡੀਆਂ 'ਚੋਂ? ਅਸੀਂ ਉੱਧਰ ਹੀ ਜਾ ਕੇ ਲਿਆਉਂਦੇ ਹਾਂ ਜ਼ਿਆਦਾਤਰ, ਉਹਦਾ ਵੀ ਜਾ ਕੇ ਲਏ। ਉੱਥੋਂ ਜਾ ਕੇ ਕਿਸ ਤਰ੍ਹਾਂ ਆਮ ਬੰਦਾ ਜਾਏ ਪਿੰਡਾਂ 'ਚ ਫਿਰਨ ਸ਼ੁਰੂ ਕਰਦੇ? ਨਹੀਂ, ਉੱਥੇ ਮੰਡੀਆਂ ਲੱਗੀਆਂ ਹੁੰਦੀਆਂ, ਮੰਡੀਆਂ 'ਚ ਜਾ ਕੇ ਲਾਈ ਦੀਆਂ ਮੰਡੀਆਂ 'ਚ ਫਿਰ ਟੋਰ? ਹਾਂ, ਮੰਡੀ। ਜਦੋਂ ਮੱਝ ਲਈ ਦੀ ਮੰਡੀ 'ਚ ਉਦੋਂ ਕਿਹੜੀ ਕਿਹੜੀ ਚੀਜ਼ ਵੇਖ ਕੇ ਲਈ ਦੀ ਕਿਉਂਕਿ ਬਾਜ਼ ਵਪਾਰੀ ਤੇ ਡਾਕਾ ਲਾ ਕੇ ਲਿਆਉਂਦੇ ਨੇ? ਹਾਂ, ਡਾਕਾ ਲਾ ਕੇ। ਫਿਰ ਕਿਸ ਤਰ੍ਹਾਂ ਚੈੱਕ ਹੁੰਦਾ ਕਿ ਜਾਨਵਰ ਸਹੀ ਹੈ? ਉਹ ਦੇਖੋ, ਆਪਾਂ ਮੁਕੱਦਰਾਂ ਦੀ ਸਾਰੀ ਗੱਲ ਹੁੰਦੀ ਆ, ਜੇ ਕੋਈ ਚੰਗਾ ਵਪਾਰੀ ਟੱਕਰ ਜੇ ਉਹ ਤਾਂ ਸਾਡੀਆਂ ਹੁੰਦੀਆਂ, ਵਪਾਰੀ ਨਾਲ ਸੈਟਿੰਗ ਹੋਈ ਹੁੰਦੀ ਅੱਗੇ, ਅਸੀਂ ਉਹਨਾਂ ਕੋਲ ਜਾ ਕੇ ਮਾਲ ਲਿਆਉਂਦੇ ਹਾਂ, ਉਹ ਸਾਡੇ ਨਾਲ ਦਾਲ ਨਹੀਂ ਲਾ ਸਕਦੇ। ਜਾਣ ਪਹਿਚਾਣ ਵਾਲੇ ਬੰਦੇ? ਜਾਣ ਪਛਾਣ ਵਾਲੇ ਬੰਦੇ ਹੁੰਦੇ, ਉਹਨਾਂ ਦੀ ਜਾ ਕੇ ਮਾਲ ਲਿਆਉਣਾ ਹੁੰਦਾ। ਅਗਰ ਕੋਈ ਨਵਾਂ ਬੰਦਾ ਲੈਣ ਜਾਏ ਤੇ ਫਿਰ ਉਹ ਆਪ ਹੀ ਚਲਾ ਜਾਏ ਕਿ ਕਿਸੇ ਪੁਰਾਣੇ ਬੰਦੇ ਨੂੰ ਨਾਲ ਲੈ ਕੇ? ਉਹ ਪੁਰਾਣੇ ਬੰਦੇ ਨੂੰ ਨਾਲ ਖੜੇ ਫੇਰ ਹੀ ਸਹੀ ਰਹਿਣਾ, ਇੰਜ ਨਹੀਂ ਸਹੀ, ਵਰਨਾ ਧੋਖਾ ਹੋਏਗਾ। ਮੈਨੂੰ ਧੋਖਾ ਹੀ ਹੋਏਗਾ। ਅੱਛਾ, ਧੋਖੇ ਤੋਂ ਬਚਣ ਵਾਸਤੇ ਕੋਈ ਤੁਹਾਨੂੰ ਮੱਝਾਂ ਦੀ ਪਹਿਚਾਣ ਹੋ ਗਈ ਹੈ, ਅਗਰ ਫੋਰ ਐਗਜ਼ਾਮਪਲ ਤੁਸੀਂ ਜਾਪੀ ਜਾਂਦੇ ਹੋ ਬਗੈਰ ਕਿਸੇ ਨੂੰ ਨਾਲ ਖੜਿਆ ਤੇ ਮਾਸ਼ਾਅੱਲਾ 20-23 ਸਾਲ ਤੁਸੀਂ ਕਿਹਾ ਤੇ ਵੇਖ ਕੇ ਪਤਾ ਚੱਲ ਜਾਂਦਾ? ਹਾਂ, ਪਤਾ ਲੱਗ। ਕਿਹੜੀ ਕਿਹੜੀ ਗੱਲ ਦਾ ਪਤਾ ਚੱਲਦਾ? ਪਤਾ ਚੱਲ ਜਾਂਦਾ ਮੀਂਹ ਦੀ ਨਸਲ ਕਿਹੜੀ ਜ਼ਿਆਦੀ ਹੈ, ਕਿਹੜੀ ਕਿੰਝ ਦੀ। ਨੀਲੀ ਦੀ ਕੀ ਪਛਾਣ ਕਰਦੇ ਤੁਸੀਂ, ਕਿਸ ਤਰ੍ਹਾਂ ਪਛਾਣ ਕਰਦੇ ਉਹਦੀ? ਲੰਮੀ ਧੌਣ। ਅੱਛਾ, ਲੰਮ ਗਰਦਨ ਲੰਬੀ ਹੋ ਗਈ, ਗਰਦਨ ਲੰਬੀ, ਅੱਗੋਂ ਬੂਥੀ ਜਿਹੜੀ ਉਹ ਪਤਲੀ। ਠੀਕ ਹੋ ਗਿਆ, ਮੂੰਹਾਂ ਦਾ ਪੁੱਠਾ ਹੁੰਦਾ, ਪੁੱਠਾ ਜਿਹੜਾ ਮਤਲਬ ਕਿ ਪਿੱਛਾ ਚੌੜਾ। ਠੀਕ ਹੈ, ਵਾਨਾ ਜਿਹੜਾ ਨਾ ਖੁੱਲਾ, ਵਾਨਾ ਖੁੱਲਾ ਹੁੰਦਾ। ਤੇ ਇਹਦੀ ਸੁਣਿਆ ਜਿਹੜੀ ਦੋਮੇ ਪੁੱਛਲ ਹੈ ਉਹ ਵੀ ਬੜੀ ਨਰਮ ਹੁੰਦੀ? ਹਾਂ, ਪੂਰੀ ਨਰਮ ਹੁੰਦੀ ਉਹਦੀ, ਔਰ ਚਮੜੀ ਵੀ ਸੁਣਿਆ ਦੀ ਬੜੀ ਨਰਮ ਹੁੰਦੀ ਹੈ, ਪਤਲੀ ਹੁੰਦੀ, ਤੁਸੀਂ ਅਗਰ ਫੜੋ ਤੇ ਉਹ ਹੱਥ ਵਿੱਚ ਆ ਜਾਂਦੀ, ਹੱਥ ਵਿੱਚ ਆ ਜਾਂਦੀ। ਠੀਕ ਹੋ ਗਿਆ, ਇਸ ਤੋਂ ਇਲਾਵਾ ਤੁਹਾਡੇ ਕੋਲ ਕਿਹੜੀ ਨਸਲ ਨੀਲੀ ਤੋਂ ਇਲਾਵਾ? ਨੀਲੀ ਤੋਂ ਇਲਾਵਾ ਇਹ ਸਾਰੀਆਂ ਅੰਬ ਜੀਆਂ ਨੇ, ਕੁਛ ਸਿੰਧ ਜੀਆਂ ਨੇ, ਸਿੰਧਣ ਹੋ ਗਈਆਂ ਵਿੱਚੋਂ, ਵਿੱਚੋਂ ਦੂਸਰੀਆਂ ਕਾੜੇ ਦੀਆਂ। ਇੱਕ ਸਵਾਲ ਹੈ ਕਿ ਦੁੱਧ ਦੇ ਲਿਹਾਜ਼ ਨਾਲ, ਸੋਨ ਦੇ ਲਿਹਾਜ਼ ਨਾਲ ਨਹੀਂ ਦੱਸਣਾ, ਦੁੱਧ ਦੇ ਲਿਹਾਜ਼ ਨਾਲ ਸਿੰਧਣ ਸੋਨ ਅੱਛੀਆਂ ਨੇ ਜਾਂ ਨੀਲੀ ਅੱਛੀਆਂ ਨੇ? ਨੀਲੀ ਅੱਛੀਆਂ ਦੁੱਧ ਦੇ ਸਾਹ, ਸਿੰਧਣ ਨਾਲ ਜ਼ਿਆਦਾ ਦੁੱਧ ਦਿੰਦੀਆਂ? ਇੱਕ ਬੰਦੇ ਨੇ ਦੱਸਿਆ ਸੀ ਕਿ ਜਿਹੜੀਆਂ ਸਿੰਧਣ ਨੇ ਉਹ ਸੋਹਣੀਆਂ ਨਹੀਂ ਲੱਗਦੀਆਂ ਲੇਕਿਨ ਦੁੱਧ ਤੋਂ ਬਹੁਤਾ ਦਿੰਦੀਆਂ, ਦੁੱਧ ਵੀ ਜ਼ਿਆਦਾ ਦਿੰਦੀਆਂ ਨੇ। ਉਹ ਮੁਕੱਦਰਾਂ ਦੀ ਖੇਡ ਹੁੰਦੀ ਹੈ, ਉਹ ਕਈ ਵਿੱਚ ਚੰਗੀਆਂ ਨਿਕਲਣ ਦੀਆਂ, ਕਈ ਕੜੀ ਨਿਕਲਣ। ਅੱਛਾ ਅੱਛਾ, ਯਾਨੀ ਉਹਦੇ ਵਿੱਚ ਵੀ ਘਾਟਾ ਕਰੀਏ? ਘਾਟਾ ਕਰੀਏ। ਤੁਹਾਨੂੰ ਨੀਲੀ ਸਹੀ ਲੱਗਦੀ ਹੈ? ਸਾਨੂੰ ਨੀਲੀ ਸਹੀ ਲੱਗਦੀ ਹੈ, ਹਾਂ, ਮੈਂ ਨੀਲੀ ਲੀਲੀਆਂ ਪਾਈਆਂ। ਸਹੀ ਗੱਲ ਦੱਸਿਓ ਕਿ ਤੁਹਾਡੇ ਕੋਲ ਸਿੰਧੀ ਨਸਲ ਦੀਆਂ ਮੱਝਾਂ ਕਿੰਨੀਆਂ ਨੇ? ਸਾਡੇ ਕੋਲ ਜੀ ਕਈ ਸਿੰਧੀ ਨਸਲ ਨੇ। ਇੱਕ ਉਹਦੇ ਨਾਲ ਤਾਂ ਫਿਰ ਮਾਜ਼ਰਤ ਨਾਲ ਨਹੀਂ ਨਾ ਪਤਾ ਚੱਲ ਸਕਦਾ ਕਿ ਇਹ ਮਾਰੇ ਸਹੀ ਹੈ ਜਾਂ
ਲਿਆਂਦੀਆਂ ਨਾ ਕਈ ਦੋ ਤਿੰਨ ਵਾਰੀ ਲਿਆਂਦੀਆਂ ਵੱਖੋ ਵੱਖ ਮੀਆਂ ਲਿਆਂਦੇ ਰਹੇ ਆ ਬਾਕੀ ਦੋ ਮੀਆਂ ਚੰਗੀਆਂ ਨਹੀਂ ਗਈਆਂ ਦੋ ਤਿੰਨ ਵਿੱਚ ਪੈੜੀ ਨਹੀਂ ਤੁਹਾਡਾ ਤਜਰਬਾ ਇਹ ਵੇ ਕਿ ਜਿਹੜੀ ਸਿੰਧੀ ਮੱਝਾਂ ਨੇ ਉਹਦੇ ਨਾਲੋਂ ਨੀਲੀ ਨਸਲ ਬਿਹਤਰ ਹੈ ਨੀਲੀ ਬਿਹਤਰ ਹੈ ਔਰ ਇਹ ਤੁਸੀਂ ਦੋ ਤਿੰਨ ਵਾਰੀ ਤਜਰਬਾ ਕਰ ਚੁੱਕੇ ਹੋ ਹਾਂਜੀ ਹਰ ਬੰਦੇ ਦਾ ਆਪਣਾ ਆਪਣਾ ਤਜਰਬਾ ਹੁੰਦਾ ਕਿਉਂਕਿ ਇੱਕ ਬੰਦੇ ਨੇ ਸਾਨੂੰ ਦੱਸਿਆ ਹੈ ਕਿ ਸਿੰਧੀ ਨਸਲ ਦੀਆਂ ਮੱਝਾਂ ਜ਼ਿਆਦਾ ਦੁੱਧ ਦਿੰਦੀਆਂ ਨੇ ਔਰ ਜ਼ਿਆਦਾ ਸਖਤ ਜਾਨ ਹੁੰਦੀਆਂ ਨੇ ਅੱਛਾ ਸਿੰਧੀ ਔਰ ਨੀਲੀ ਇਸ ਤੋਂ ਇਲਾਵਾ ਕ੍ਰਾਸ ਨੇ ਤੁਹਾਡੇ ਕੋਲ ਮੱਝਾਂ ਹਾਂ ਬਾਕੀ ਨਾਰਮਲ ਨੇ ਸਾਰੀਆਂ ਜਿਹੜਾ ਤੁਸੀਂ ਸੰਡਾ ਰੱਖਿਆ ਵੇਖਿਆ ਸੀ ਸੰਡਾ ਤੁਹਾਡੇ ਮੱਝਾਂ 'ਚ ਮੌਜੂਦ ਹੈ ਉਹ ਕਿਹੜੀ ਨਸਲ ਦਾ ਉਹ ਦੇਸੀ ਹੈ ਜੀ ਉਹ ਦੇਸੀ ਨਸਲ ਦਾ ਹਾਂ ਆਮ ਨਸਲ ਜੀ ਠੀਕ ਹੈ ਠੰਡਾ ਅੱਛੀ ਨਸਲ ਦਾ ਤੇ ਫਿਰ ਉਹ ਜ਼ਿਆਦਾ ਅੱਛਾ ਬੱਚੇ ਨਹੀਂ ਦਵਾਉਂਦਾ ਹਾਂ ਬੱਚੇ ਛੇ ਦਿਨ ਫਿਰ ਤੁਸੀਂ ਦੇਸੀ ਕਿਉਂ ਰੱਖਿਆ ਉਹ ਇਹ ਡੰਗਰਾਂ 'ਚ ਫਿਰਨ ਵਾਲੇ ਇੰਦੀ ਵਾਰਾ ਖਾਂਦੇ ਬਾਹਰ ਫਿਰਨ ਵਾਲੇ ਬਾਹਰ ਫਿਰਨ ਵਾਲੇ ਇੰਦੀ ਵਾਰਾ ਖਾਂਦੇ ਨਸਲੀ ਹੁੰਦੇ ਨੇ ਉਹਨਾਂ ਦਾ ਕਿਉਂ ਨਸਲੀਆਂ ਦਾ ਹੁੰਦੇ ਨੇ ਉਹਨੂੰ ਘਰ ਬਣ ਕੇ ਪੱਠੇ ਪਾਉਣੇ ਪੈਂਦੇ ਅੱਛਾ ਯਾਨੀ ਤੁਸੀਂ ਉਹਨੂੰ ਖਰਚੇ ਤੋਂ ਬਚਣ ਵਾਸਤੇ ਉਹ ਰੱਖ ਲਿਆ ਖਰਚੇ ਨੂੰ ਬਚਣਾ ਪਰ ਕੋਈ ਅੱਛਾ ਤੁਸੀਂ ਆਪਣੇ ਬੱਚੇ ਹੋਰ ਨਹੀਂ ਤਿਆਰ ਕਰਦੇ ਘੱਟ ਤਿਆਰ ਹੁੰਦੇ ਨੇ ਕੋਈ ਬਚ ਗਿਆ ਨਾ ਬਚਿਆ ਤੇ ਤੁਹਾਨੂੰ ਬੱਚਾ ਨਾ ਗਰਸ ਨਹੀਂ ਤੁਸੀਂ ਨਵੇਂ ਤਿਆਰ ਸ਼ੁਦਾ ਡੰਗਰ ਲੈ ਕੇ ਆਉਂਦੇ ਹਾਂ ਤਿਆਰ ਸ਼ੁਦਾ ਹੀ ਲੈ ਕੇ ਆਉਂਦੇ ਆਂ ਸਹੀ ਹੋ ਗਿਆ ਅੱਛਾ ਇਹ ਗੱਲ ਦੱਸਿਓ ਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਮਾਸ਼ਾਅੱਲਾ ਸਾਨੂੰ 20 ਸਾਲ ਹੋ ਗਏ ਨੇ ਡੰਗਰ ਰੱਖਦੇ ਜ਼ਾਹਰ ਹੈ ਤੁਹਾਡਾ ਇਹ ਕਾਰੋਬਾਰ ਹੈ ਹਾਂਜੀ ਹੁਣ ਇਹ ਤੁਹਾਡੇ ਜਿਹੜੇ ਕਾਰੋਬਾਰ ਦੀ ਨੋਈ ਹੈ ਤੇ ਜ਼ਿਆਦਾ ਤੁਸੀਂ ਪੈਸੇ ਦੁੱਧ ਤੋਂ ਕਮਾਉਂਦੇ ਹੋ ਜਾਂ ਮੱਝਾਂ ਵੇਚ ਕੇ ਕਮਾਉਂਦੇ ਹੋ ਜਾਂ ਇਹਨਾਂ ਦੇ ਅੱਗੋਂ ਬੱਚਿਆਂ ਤੋਂ ਕਮਾਉਂਦੇ ਹੋ ਨਹੀਂ ਤੇ ਇਹੀ ਸਾਰਾ ਤਾਂ ਦੁੱਧ ਹੀ ਵੇਚਣੇ ਆ ਦੁੱਧ ਵੇਚ ਵਪਾਰ ਹੀ ਨਹੀਂ ਕਰਦੇ ਜਿਹੜੇ ਉਹਨਾਂ ਦੇ ਕੱਟੇ ਹੁੰਦੇ ਨੇ ਵੇਚ ਛੱਡਦੇ ਹੋ ਨਹੀਂ ਕੱਟੇ ਜੇ ਕੋਈ ਬਚ ਗਿਆ ਜੇ ਅਵਲ ਤੇ ਬਚ ਹੀ ਜਾਂਦੇ ਨੇ ਤਾਂ ਫਿਰ ਵੇਚ ਛੜੀ ਦੇਣ ਇੱਕ ਗੱਲ ਪੁੱਛਣਾ ਚਾਹਾਂਗਾ ਤੁਸੀਂ ਦੁੱਧ ਦਾ ਸਿਸਟਮ ਰੱਖਿਆ ਮਾਸ਼ਾਅੱਲਾ ਉਸ ਦਿਨ ਕਿੰਨਾ ਦੁੱਧ ਮਿਲ ਜਾਂਦਾ ਐਨੇ ਜਾਨਵਰਾਂ ਤੋਂ ਇਹਦੇ ਕੋਈ ਚਾਰ ਸਾਢੇ ਚਾਰ ਮਾਣ ਹੋ ਜਾਂਦਾ ਟਾਈਮ ਕਿੰਨੇ ਜਾਨਵਰ ਸੂਏ ਨੇ ਜਿਹੜੇ ਦੁੱਧ ਦਿੰਦੇ ਨੇ ਤੁਹਾਨੂੰ ਦੱਸਿਆ ਕਿ 35 ਡੰਗਰਾਂ ਦੇ ਚੋਣ ਵਾਲੇ 35 ਡੰਗਰਾਂ ਨੂੰ ਸਾਢੇ ਚਾਰ ਮਾਣ ਇੱਕ ਟਾਈਮ ਦਾ ਹਾਂ ਚਾਰ ਸਾਢੇ ਚਾਰ ਟੋਟਲ ਦਿੰਦਾ ਹਾਂ ਨੌਂ ਮਾਣ ਜ਼ਬਰਦਸਤ ਤੇ ਰੇਟ ਕੀ ਮਿਲਦਾ ਤੁਹਾਨੂੰ ਰੇਟ 75 ਰੁਪਏ ਦੋਦੀ ਨੂੰ ਦਿੰਦੇ ਹੋ ਜਾਂ ਖੁਦ ਜਾਗ ਸ਼ਾਰ ਦੇ ਗਏ ਦੁਕਾਨ ਤੇ ਹਾਂਜੀ ਤੇ ਕਿਆ ਕਦੀ ਇਹੋ ਜਿਹੇ ਵਾਕਿਆਤ ਹੋਏ ਨੇ ਕਿ ਦੁਕਾਨ ਵਾਲਾ ਆ ਕੇ ਕਹਿੰਦਾ ਦੁੱਧ ਨਹੀਂ ਲੈਣਾ ਮੈਂ ਮੇਰੇ ਕੋਲ ਹੈ ਨਹੀਂ ਗਾਹਕ ਆਹੋ ਹੀ ਨਾ ਵਾਦਾ ਘਾਟਾ ਉਸ ਸੂਰਤ ਹਾਲ 'ਚ ਕੀ ਕਰਦੇ ਹੋਰ ਅੱਗੇ ਤੋਂ ਲੁਹਾਈਆਂ ਨਾਲ ਹੋਈ ਹੁੰਦੀ ਹੈ ਗੱਲ ਕਿ ਮਤਲਬ ਯਾਰੀ ਦੋਸਤੀ ਨਹੀਂ ਹੈ ਉਹ ਜਾ ਕੇ ਕਿਸੇ ਨੂੰ ਜਿਹੜਾ ਨਾਲ ਮੰਨ ਲਓ ਜਾ ਕੇ ਕਿਸੇ ਨੂੰ 20 ਲੁੱਦ ਲਓ ਉਹ ਹੋਰ ਆਪਣੀ ਮਰਜ਼ੀ ਨਾਲ ਪੈਸੇ ਦਿੰਦੇ ਜਦੋਂ ਉਹਨਾਂ ਦਾ ਦਿਲ ਕਰੇ ਠੀਕ ਹੈ ਹਾਂ ਅੱਛਾ ਤੁਸੀਂ ਇਹ ਦੱਸਿਆ ਕਿ ਅਸੀਂ ਅੱਗੇ ਅਗਰ ਦੁੱਧ ਨਾ ਵਿਕੇ ਤੇ ਮਜ਼ੀਦ ਅਸੀਂ ਕਿਤੇ ਕਿਸੇ ਹੋਰ ਬੰਦੇ ਕੋਲ ਚਲੇ ਜਾਂਦੇ ਹਾਂ ਯਾਨੀ ਇਸ ਗੱਲ ਦਾ ਮਤਲਬ ਇਹ ਨਿਕਲਿਆ ਕਿ ਅਗਰ ਇੱਕ ਬੰਦਾ ਡੰਗਰ ਰੱਖਦਾ ਉਹਨੂੰ ਦੁੱਧ ਦਾ ਦੁੱਧ ਦੀ ਟੈਨਸ਼ਨ ਨਹੀਂ ਲੈਣੀ ਚਾਹੀਦੀ ਤੁਹਾਡਾ ਕੀ ਹਾਲ ਹੈ ਲੈਣੀ ਚਾਹੀਦੀ ਹੈ ਜਾਂ ਨਹੀਂ ਲੈਣੀ ਚਾਹੀਦੀ ਇਹ ਤੇ ਫਿਰ ਹੁਣ ਅੱਗੇ ਉਹਨਾਂ ਕਿ ਜਦੋਂ ਆਪਾਂ ਪੌਂਦਰ ਕੰਮ ਆਪਣਾ ਸ਼ੁਰੂ ਕੀਤਾ ਸੀ ਨਾ ਅਸੀਂ ਇੱਥੇ ਦੁੱਧ ਨਹੀਂ ਦਿੰਦੇ ਹਾਂ ਸਾਡੇ ਸ਼ਹਿਰ ਜਾਣ ਪਛਾਣ ਕੋਈ ਨਹੀਂ ਇੱਕ ਅੱਧੇ ਲਵਾਈ ਨਾ ਪਛਾਣੀ ਉਹਨੂੰ ਦੁੱਧ ਸ਼ੁਰੂ ਕੀਤਾ ਇੱਕ ਦੋ ਇੰਜ ਛੁੱਟੀ ਹੋਈ ਉਹ ਦੁੱਧ ਅਸੀਂ ਵਾਪਸ ਲੈ ਆਉਂਦੇ ਹਾਂ ਉੱਥੇ ਨਹੀਂ ਦੇ ਕੇ ਆਉਂਦੇ ਉਹ ਪਛਾਣੀ ਕਿਸੇ ਨਾਲ ਨਹੀਂ ਯਾਨੀ ਇਹ ਤੁਸੀਂ ਬੜੀ ਅੱਛੀ ਗੱਲ ਦੱਸੀ ਹੈ ਕਿ ਅਗਰ ਤੁਸੀਂ ਇਹ ਕਾਰੋਬਾਰ ਕਰਦੇ ਹੋ ਕੋਈ ਸ਼ਖਸ ਨਵਾਂ ਕਾਰੋਬਾਰ ਕਰਦਾ ਉਹਦੀ ਜਾਣ ਪਛਾਣ ਦੇ ਨਾਲ ਵੀ ਬੜਾ ਅਸਰ ਪੈਂਦਾ ਜਾਣ ਪਛਾਣ ਹੋਣੀ ਚਾਹੀਦੀ ਜਿੰਨਾ ਜ਼ਿਆਦਾ ਤਜਰਬਾ ਹੋਏਗਾ ਜਿੰਨੀ ਜ਼ਿਆਦਾ ਪਛਾਣ ਹੋਏਗੀ ਉਹਨਾਂ ਤੁਹਾਡਾ ਦੁੱਧ ਜਿਹੜਾ ਹੈ ਜ਼ਿਆਦਾ ਵਿਕੇਗਾ ਜ਼ਿਆਦਾ ਵਿਕੇਗਾ ਇੱਕ ਚੀਜ਼ ਨੋਟ ਕੀਤੀ ਹੈ ਤੁਹਾਡੇ ਜਾਨਵਰਾਂ 'ਚ ਮਾਸ਼ਾਅੱਲਾ ਮੱਝਾਂ ਜ਼ਿਆਦਾ ਨੇ ਔਰ ਗਾਏ ਥੋੜੀਆਂ ਨੇ ਇਹਦੀ ਕੀ ਵਜ੍ਹਾ ਗਾਈਆਂ ਸਾਡੀਆਂ ਐ ਹਨ ਵਾਵਾ ਗਾਈਆਂ ਸਾਡੀਆਂ ਮਰ ਗਈਆਂ ਸਿਆਲ 5-6 ਅੱਛਾ ਤੁਹਾਡੇ ਖਿਆਲ 'ਚ ਗਾਏ ਫਾਇਦਾਮੰਦ ਰਹਿੰਦੀ ਜਾਂ ਮੱਝ ਗਾਏ ਫਾਇਦਾਮੰਦ ਰਹਿੰਦੀ ਤੇ ਫਿਰ ਤੁਸੀਂ ਥੋੜੀਆਂ ਕਿਉਂ ਰੱਖੀਆਂ ਨੇ ਗਾਈਆਂ ਸਾਡੀਆਂ ਤੁਹਾਨੂੰ ਦੱਸਿਆ ਨਾ ਮਰ ਗਈਆਂ ਆ 5-6 ਮਰ ਗਈਆਂ ਨੇ ਗਾਈਆਂ ਦਾ ਦੁੱਧ ਨਹੀਂ ਵੇਚਦਾ ਤੁਸੀਂ ਕੀ ਕਹਿੰਦੇ ਹੋ ਗਾਈਆਂ ਦਾ ਦੁੱਧ ਬਾਕੀ ਨਹੀਂ ਵੇਚਦਾ ਭੈੜਾ ਵੇਚਦਾ ਤੇ ਫਿਰ ਫਾਇਦਾਮੰਦ ਕਿੰਜ ਰਹਿ ਗਿਆ ਇਹ ਕਹੋ ਉਹਨਾਂ ਦੇ ਜਾ ਬਚ ਜਾਂਦੇ ਨੇ ਗਾਈਆਂ ਦਾ ਫਾਇਦਾ ਹੈ ਕਿ ਉਹਨਾਂ ਦੇ ਜਾ ਬਚ ਜਾਂਦੇ ਉਹ ਤੁਹਾਨੂੰ ਫਾਇਦਾ ਰਿਟਰਨ ਕਰਦੇ ਫਾਇਦਾ ਦਿੰਦੇ ਨੇ ਕਿਆ ਇਹ ਵੀ ਫਾਇਦਾ ਹੈ ਕਿ ਉਹ ਜਲਦੀ ਸੁਣੀਆਂ ਹਾਂਜੀ ਇਹ ਤਾਂ ਫਾਇਦਾ ਹੈ ਠੀਕ ਹੈ ਅਗਰ ਮੱਝਾਂ ਰੱਖੀਆਂ ਹੋਣ ਤੇ ਥੋੜੀਆਂ ਗਾਈਆਂ ਰੱਖੀਆਂ ਹੋਣ ਤੇ ਕਿਆ ਦੁੱਧ ਮਿਕਸ ਹੋ ਕੇ ਚਲਾ ਜਾਂਦਾ ਹਾਂ ਤੁਰ ਜਾਂਦਾ ਉਹ ਵੀ ਫਾਇਦਾ ਹੋ ਗਿਆ ਨਾ ਉਹ ਫਾਇਦਾ ਤੇ ਮੱਝ ਤਾਂ ਮਿਲ ਗਿਆ ਹਾਂ ਅੱਛਾ ਤੁਸੀਂ ਇਹ ਦੱਸਿਆ ਕਿ ਤੁਹਾਡੀਆਂ ਮੱਝਾਂ ਜਿਹੜੀਆਂ ਗਾਈਆਂ ਜਿਹੜੀਆਂ ਨੇ ਉਹ ਮਰ ਗਈਆਂ ਸਨ ਵਜ੍ਹਾ ਦੱਸ ਸਕਦੇ ਹੋ ਕਿਉਂ ਮਰੀਆਂ ਉਹ ਸ਼ਟਾਲਾ ਖਾ ਕੇ ਨਾ ਹੋ ਜਾਂਦੀ ਵਾਹ ਆਫਰ ਜਾਂਦਾ ਡੰਗਾ ਜਿਵੇਂ ਗੈਸ ਨਹੀਂ ਹੋ ਜਾਂਦੀ ਬੰਦੇ ਨੂੰ ਰੋਟੀ ਖਾ ਗੈਸ ਹੋ ਜਾਂਦੀ ਤਾਂ ਅੱਲਾ ਮਾਫੀ ਵਾਦਾ ਘਟ ਹੋ ਜਾਂਦਾ ਇਹ ਹਿਸਾਬ ਹੋ ਗਿਆ ਤੁਸੀਂ ਬਰ ਵਕਤ ਇਲਾਜ ਨਹੀਂ ਕਰਾਇਆ ਅਸੀਂ ਕੋਲਾਂ ਉਹਦਾ ਜਿਹੜੀ ਜਿਹੜਾ ਸਮਾਨ ਦੇਣ ਵਾਲਾ ਹਾਂ ਦਿੱਤਾ ਸੀ ਨਹੀਂ ਵੇਖ ਕੇ ਨਹੀਂ ਬਚੀ ਡਾਕਟਰੀ ਇਲਾਜ ਕਰਾਉਂਦੇ ਹੋ ਜਾਂ ਦੇਸੀ ਕਰਾਉਂਦੇ ਹੋ ਉਹ ਡਾਕਟਰ ਨੂੰ ਫੋਨ ਕਰੀ ਦੇਣਾ ਜੇ ਉਹ ਕਿਤੇ ਨੇੜੇ ਹੋਏ ਉਹ ਆਪੇ ਆ ਜਾਂਦਾ ਨਹੀਂ ਤਾਂ ਫਿਰ ਆਪੀ ਜਿਹੜਾ ਨੁਸਖਾ ਦੱਸੇ ਉਹ ਆਪੀ ਲਾ ਲੂ ਲਈਦਾ ਨਹੀਂ ਮੈਂ ਪੁੱਛਣਾ ਚਾਹ ਰਿਹਾ ਕਿ ਇੱਕ ਤੇ ਚਲੋ ਤੁਹਾਡੇ ਉਹ ਮੁਕੱਦਰ 'ਚ ਨਹੀਂ ਸੀ ਰੱਬ ਨੂੰ ਜਿਹੜਾ ਨਾ ਮਾਮਲਾ ਹੋ ਗਿਆ ਕੁਦਰਤੀ ਲੇਕਿਨ ਉਂਝ ਅਗਰ ਕੋਈ ਜਾਨਵਰ ਬਿਮਾਰ ਹੋ ਜਾਂਦਾ ਕਿਉਂਕਿ ਹੁੰਦੇ ਨੇ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਦੂਸਰਾ ਸਰਦੀਆਂ 'ਚ ਵੀ ਮਾਮਲਾ ਬਣਦਾ ਤੁਸੀਂ ਇਹਨਾਂ ਨੂੰ ਅਗਰ ਜਾਨਵਰ ਬਿਮਾਰ ਹੋ ਜਾਂਦਾ ਉਸ ਵਕਤ ਕੀ ਇਲਾਜ ਇਹਨਾਂ ਦਾ ਇਲਾਜ ਕਰਦੇ ਫੌਰੀ ਤੌਰ 'ਤੇ ਫੌਰੀ ਤੌਰ 'ਤੇ ਟੀਕਾ ਹੈ 5 ਗ੍ਰਾਮ ਦਾ ਅੱਛਾ 5 ਗ੍ਰਾਮ ਦਾ ਟੀਕਾ ਹੈ ਡਿਕਲੋਸਟਾਰ ਇੱਕ 3-4 ਟੀਕੇ ਨੇ ਉਧਰੋਂ ਟੈਰਾਮਾਈਸੀਨ
ਇਹ ਮੇਰੀ ਗੱਲ ਪੱਲੇ ਬਣ ਲਈ ਇਹੀ ਹੈ ਆਪਣੇ ਛੇੜੇ ਧਿਆਨ ਨਾਲ ਪਾਈ ਜਾਏ ਵੰਡ ਛੰਡ ਵੰਡ ਦਾ ਸਾਹਣਾ ਖਾਏ ਕਿਉਂਕਿ ਵੰਡ ਤੋਂ ਬਗੈਰ ਨਹੀਂ ਹੈ ਕੁਛ ਨਹੀਂ ਵੰਡ ਪਾਈ ਜਾਓ ਤਾਂ ਮੈਂ ਆਪਣਾ ਹੀ ਟਾਈਮ ਪਾਸ ਕਰੀ ਜਾਂਦੀ ਨਾਲ ਬਣੇ ਦਾ ਕੈਸਰ ਸਾਹਿਬ ਬਹੁਤ ਸ਼ੁਕਰੀਆ ਤੁਸੀਂ ਬੜੀ ਮੁਫੀਦ ਮਾਲੂਮਾਤ ਦਿੱਤੀ ਹੈ ਜਜ਼ਾਕ ਅੱਲਾ ਅਸਲਾਮ ਵਾਲੇਕੁਮ ਵਾਲੇਕੁਮ ਸਲਾਮ